ਕੁਛ ਨੀ ਹੈਗਾ ਉਹਦੇ ਤਾਂ, ਕੁਛ ਵੀ ਨੀ ਹੈਗਾ। ਮੈਂ ਵੀ ਮਨ ਮੇ ਲੱਡੂ ਫੁਟਾ ਗਾਹਕ ਆਇਆ ਕੱਪੜੇ ਲੈਣ, ਇਹਨਾਂ ਨੀ ਪਤਾ ਗਾਹਕ ਪ੍ਰੈਂਕ ਕਰ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਆ ਆਪਣੇ ਨਵੇਂ ਵਲੋਗ ਦੇ ਵਿੱਚ। ਸੋਰੀ ਕੱਲ ਮੈਂ ਵਲੋਗ ਨਹੀਂ ਪਾਇਆ ਯਾਰ, ਕੱਲ ਮਾੜਾ ਜਿਹਾ ਕੰਮ ਸੀ, ਗਏ ਹੋਏ ਸੀਗੇ ਤਾਂ ਕਰਕੇ ਵਲੋਗ ਨਹੀਂ ਬਣਿਆ। ਅੱਜ ਆਪਾਂ ਫੇਕ ਸਨੇਕ ਵਾਲਾ ਪ੍ਰੈਂਕ ਕਰਨਾ ਵਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੋ, ਜਿਹਨੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ। ਬਾਕੀ ਆਪਾਂ ਟੋਏ ਸ਼ੋਪ ਤੇ ਜਾ ਕੇ ਪੁੱਛਦੇ ਹਾਂ ਵੀ ਫੇਕ ਸਨੇਕ ਆਪਾਂ ਨੂੰ ਮਿਲ ਜੂਗਾ ਜਾਂ ਨਹੀਂ, ਨਕਲੀ ਸੱਪ ਜੇ ਮਿਲ ਗਿਆ ਫਿਰ ਤਾਂ ਆਪਾਂ ਪ੍ਰੈਂਕ ਕਰਾਂਗੇ। ਆਪਣੇ ਕੋਲ ਨਾ ਅਸਲੀ ਸੱਪ ਵੀ ਇੱਕ ਹੈਗਾ ਸੀਗਾ, ਬਟ ਜਦੋਂ ਮੈਂ ਬਾਬੇ ਨੂੰ ਫੋਨ ਲਾਇਆ ਬਾਬਾ ਕਹਿੰਦਾ ਮੇਰਾ ਤਾਂ ਸੱਪ ਮਰ ਗਿਆ ਯਾਰ। ਮੈਨੂੰ ਦੁੱਖ ਵੀ ਹੋਇਆ, ਅਫਸੋਸ ਵੀ ਹੋਇਆ ਤੇ ਮੈਨੂੰ ਮਾੜਾ ਮਾੜਾ ਹਾਸਾ ਵੀ ਆਇਆ, ਪਰ ਯਾਰ ਨਹੀਂ, ਜਿਹਨੇ ਪਾਲਿਆ ਹੁੰਦਾ ਵਾ ਉਹਨੂੰ ਤਾਂ ਦੁੱਖ ਹੁੰਦਾ ਹੀ ਆ। ਜਦੋਂ ਉਹਨੇ ਕਹਿਣਾ ਵੀ ਮੇਰਾ ਤਾਂ ਸੱਪ ਮਰ ਗਿਆ ਯਾਰ, ਦੁੱਖ ਜਿਹਾ ਵੀ ਹੋਇਆ ਤੇ ਹਾਸਾ ਜਿਹਾ ਵੀ ਆਇਆ। ਤੇ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਫੇਕ ਸਨੇਕ ਬਾਰੇ ਪੁੱਛ ਕੇ ਆਉਂਦੇ ਟੋਏ ਸ਼ੋਪ ਤੋਂ, ਜੇ ਮਿਲ ਗਿਆ ਤਾਂ ਵਧੀਆ। ਹਾਂ ਅੱਛਾ, ਬੀਨ ਦੀ ਗੱਲ ਕਰਦਾ ਇਹ, ਕਹਿੰਦਾ ਯੂਟਿਊਬ ਤੇ ਬੀਨ ਲਾਉਂਦੇ ਆ ਤੇ ਇੱਥੋਂ ਸ਼ਾਇਦ ਸੱਪ ਸੁੱਪ ਨਿਕਲਿਆ ਹੋਵੇ ਕੋਈ। ਨਾ ਨਾ ਭਰਾਵਾ ਰਹਿਣ ਦੇ, ਚਲੋ ਚੱਲੀਏ ਬਾਈ, ਇਹਦਾ ਭਰਾਵਾ ਸੱਪ ਬੁਲਾਉਣ ਲੱਗ ਗਿਆ। ਚਲੋ ਬਈ ਆਪਾਂ ਹੁਣ ਦੁਕਾਨ ਤੇ ਚੱਲਦੇ ਆ, ਦੁਕਾਨ ਤੇ ਜਾ ਕੇ ਦੇਖਦੇ ਆ ਉੱਥੋਂ ਕੋਈ ਮਿਲ ਜਾਏ ਵਧੀਆ ਜਿਹਾ। ਪੈਸੇ ਖਰਚ ਕਰਦੇ ਆ ਯਾਰ, ਇੱਥੋਂ ਮਿਲ ਜਾਣੇ ਆ, ਪੈਸੇ ਬੜਾ ਕੇ ਕਰੋੜਾਂ ਦਾ ਹੋਣਾ ਵਾ, 20-30 ਰੁਪਏ ਦਾ ਆਏ ਨਾ। ਚਲੋ ਬਾਈ ਇਹ ਕਹੋ, ਕਹਿੰਦਾ ਮੈਂ 14 ਤਰੀਕ ਨੂੰ ਨਹਾਉਂਗਾ, ਮਤਲਬ ਉਹਨਾਂ ਟਾਈਮ ਨਹਾਉਣਾ ਹੀ ਨੀਗਾ। ਨਹਾਉਂਗਾ ਮਤਲਬ 14 ਤਰੀਕ ਨੂੰ ਹੀ ਨਹਾਉਂਗਾ। ਅੱਛਾ, ਇਹ ਕੀ ਗੱਲ ਬਣੀ ਪਾਣੀ ਦੇ ਕਿੰਨਾ ਸਾਫ ਆ, ਪਾਣੀ ਦੇ ਕਿੰਨਾ ਸਾਫ ਆ ਇੱਥੇ ਨਾਲਾ। ਵੀ ਗੱਲ ਸੁਣ, ਆਪਾਂ ਸੱਪ ਵਾਲਾ ਪ੍ਰੈਂਕ ਕਰਨਾ ਤਾਂ ਹੈਗਾ ਹੀ ਆ ਲੋਕਾਂ ਤੇ, ਐਵੇਂ ਨਕਲੀ ਫੜਨ ਜਾਵਾਂਗੇ ਇੱਥੋਂ ਕਿਤੋਂ, ਉਸ ਲਈ ਫੜਿਆ ਜਾਣਾ ਵਾ ਇੱਥੋਂ ਝਾੜੀਆਂ ਝੂੜੀਆਂ ਚ, ਇਹਨੂੰ ਬੰਨ ਕੇ ਰੱਖਣਾ ਪੈਂਦਾ, ਇਹ ਰਾਤ ਨੂੰ ਭੱਜ ਜਾਂਦੇ ਆ। ਸਹੀ ਆ ਨਾ, ਇਹੋ ਜਿਹਾ ਸਹੀ ਆ। ਪਹਿਲਾਂ ਦੁਕਾਨ ਤੇ ਗਏ ਸੀ ਉਹ ਹੋਰ ਬਾਹਲੀ ਨਕਲੀ ਜਿਹੀ ਦਿਖਾਈ ਆ ਰੰਗ ਬਰੰਗੇ। ਇਹ ਮੂੰਹ ਖੁੱਲਾ ਹੋਵੇ ਵੀਰੇ। ਉਹ ਬਸ ਮਾਹੀ ਯਾਰ, ਪਤਾ ਕੀ ਹੈ, ਬੜਾ ਡੰਗ ਮਾਰਦਾ ਹੁੰਦਾ, ਫਿਰ ਡੰਗ ਮਾਰਦਾ ਹੁੰਦਾ। ਮਨ ਮੂੰਹ ਸਹੀ ਆ, ਆਹ ਵੇਖ ਆਹ ਘੈਂਟਾ ਨਹੀਂ ਬੜਾ, ਇਹ ਤਾਂ ਬੋਰੀ ਵਾਲ ਜੇ ਪਏ ਨੇ, ਇਹਨਾਂ ਦਾ ਵਾਲ ਪਏ ਆ ਮਤਲਬ ਇਹਨਾਂ ਦਾ ਤੇ ਲੱਗਦਾ ਨਾ। ਕਿੰਨੇ ਦੇ, ਕਿੰਨੇ ਲੈਣੇ ਆ? ਇੱਕ ਹੀ ਲੈਣਾ, ਇੱਕ ਲੈਣਾ। ਹਾਂ ਠੀਕ ਆ, ਹਾਂ ਠੀਕ ਆ। ਵੀ ਜੇ ਤੁਹਾਡੇ ਸਾਹਮਣੇ ਅਸਲੀ ਸੱਪ ਆ ਗਿਆ ਪਰ ਚੁੰਦਾ ਹੋਰ ਕੀ, ਆ ਤੇ ਆ ਕੁਆਲਿਟੀ ਦਾ ਫਰਕ ਆ ਨਾ। ਹਾਂਜੀ, ਹੂੰ, ਕੁਆਲਿਟੀ ਹੋਰ ਆ, ਇਹ ਸਭ ਤਾਂ ਨਰਮ ਆ, ਹੂੰ, ਇਹ ਕੋਟਨ ਦਾ 10 ਰੁਪਏ ਦਾ ਫਰਕ ਆ, ਇਹ ਕੋਟਨ ਦਾ, ਇਹ ਕੋਟਨ ਦਾ ਨਾਈਲੋਨ ਦਾ। ਇਹ ਤਾਂ ਹੀ ਕਰਦੇ ਪੈਕ, ਦੇਖੋ ਬਾਈ ਸੱਪ ਰੱਖ ਲੈ ਆਪਣੇ ਪਾਲ ਤੂੰ, ਆਪਾਂ ਆ ਕਿੰਨੀ ਜੀ ਲੱਪਾ ਦੇ ਰੂਮ ਕਾਰਡ ਨਹੀਂ ਹੈਗਾ ਯਾਰ ਮੇਰੇ ਕੋਲ, ਪਤਾ ਨਹੀਂ ਕਿਉਂ, ਮੈਂ ਖਰੀਦਿਆ ਖਰੂਦਿਆ ਹੀ ਨਹੀਂ ਕਦੇ ਯਾਰ, ਪਤਾ ਨਹੀਂ ਜਾਣਾ। ਗਾਣਾ ਸੁਣਿਆ ਹੋਇਆ ਉਹ, ਮੈਂ ਵੀ ਕੋਈ ਬਾਬਾ ਬਣ ਜਾਣੀ ਬੇਬੀ ਮੇਰਾ ਜੀ ਕਰਦਾ। ਅੱਛਾ ਠੀਕ ਆ,
ਕਿਤੇ ਨੀ ਰਹਿਣ ਤੇ ਚੁੱਪ ਹੀ ਰਹਿ, ਕੁਛ ਨੀ ਦੱਸੂਗਾ ਤੈਨੂੰ ਬਾਅਦ ਦੱਸ ਦੂੰਗਾ, ਸਮਝੀ ਦਾ ਹੁੰਦਾ ਆ ਗਈ ਆ ਗਈ ਦੇਖੀ ਧਿਆਨ ਨਾਲ ਅਸਲੀ ਆ ਇਹਨੂੰ ਚਾਰ ਨੂੰ ਐ ਵੀ ਮਨ ਮੇ ਲੱਡੂ ਬੁੱਟਾ ਗਾਹਕ ਆਇਆ ਕੱਪੜੇ ਲੈਣ, ਇਹਨਾਂ ਨੀ ਪਤਾ ਗਾਹਕ ਪ੍ਰੈਂਕ ਕਰ ਗਿਆ, ਮੈਂ ਵੇਟ ਕਰੀ ਜਾਂਦਾ ਸੀ ਉਹ ਬਾਈ ਜਦ ਕੱਪੜੇ ਲਈ ਜਾਂਦਾ ਸੀ ਨਾ, ਮੈਂ ਕਦੋਂ ਜਾਵੇ ਤੇ ਮੈਂ ਤੇ ਪ੍ਰੈਂਕ ਕਰ ਨੀ ਰਹਿਣ ਦੇ ਭਰਾਵਾ, ਗਾਹਕੀ ਖਰਾਬ ਹੁੰਦੀ ਆ। ਅੱਛਾ ਅੱਛਾ ਤੂੰ ਕੀ ਕਰਨ ਜਾਂਦਾ ਉੱਥੇ ਖੇਡਣ, ਉੱਥੇ ਕੀ ਖੇਡਦਾ ਤੂੰ, ਗਰਾਊਂਡ ਆ ਉੱਥੇ? ਅੱਛਾ ਮੇਰੇ ਨਾਲ ਹੀ ਜਿੰਮ ਲੱਗਿਆ ਹੋਇਆ ਇਹ, ਮੈਂ ਸੋਚਿਆ ਇਹਦੇ ਤੇ ਪ੍ਰੈਂਕ ਕਰਕੇ ਆਉਂਦੇ ਹਾਂ, ਚੱਲ ਬਈ ਆ ਚੱਲੀਏ, ਚੱਲ ਚੰਗਾ ਅੱਜ ਬੈਗ ਆਪਣੀ ਠੀਕ ਹੈ ਓਕੇ ਚਲੋ ਬਾਈ ਹੁਣ ਚੱਲੀਏ ਰੱਖ ਦੀ ਇੱਥੇ। ਹੋਰ ਫਿਰ ਡਾਕਟਰ ਸਾਹਿਬ ਕਿਵੇਂ ਆ, ਉਰੇ ਜਾ ਕੇ ਦਿਖਾ ਇਹਨਾਂ ਨੂੰ ਸ਼ਕਲ ਆਪਦੀ, ਓਏ ਉਹ ਕੀ ਹੈ ਜੇ ਇਹ ਡਰ ਸਕਦਾ ਫਿਰ ਘਰ ਦੇ ਡਰਨ ਗਈ ਬਾਈ, ਚਲਾ ਜਾਓ ਚੱਲੀਏ, ਮੈਂ ਇਹੀ ਦੇਖਣਾ ਸੀ ਵੀ ਡਰਦਾ ਕਿ ਨਹੀਂ ਕੋਈ, ਚਲਾ ਜਾਓ ਡੰਗ ਮਾਰੂਗਾ ਫਿਰ ਚੱਲੀਏ। ਮੈਂ ਵੀ ਕੋਈ ਬਾਬਾ ਬਣ ਜਾਣੀ ਬੇਬੀ ਮੇਰਾ ਜੀ ਕਰਦਾ, ਮੈਂ ਗਲਾਂ ਨਾ ਘਟਾ ਲਈਆਂ ਦਾ ਰਾਜਾ, ਜ਼ਹਿਰ ਜ਼ੁਰ ਨਹੀਂ ਕੱਢਿਆ ਹੋਇਆ ਰਾਜਾ, ਓਏ ਮਤਲਬ ਕੈਰੀ ਆ ਚੁੱਕਿਆ ਆ, ਹੋਰ ਕੀ ਹਾਲ ਆ ਰਾਜਾ, ਕੁਛ ਨਹੀਂ ਕਹਿੰਦੇ ਚਲਾ ਯਾਰ ਤਾਂ ਅੰਦਰ ਬੈਠ ਪਾਣੀ ਪੂਣੀ ਪੀ ਯਾਰ, ਤੂੰ ਬਾਹਰ ਬੈਠਾ ਵਾ ਆਜਾ, ਉਹਨੇ ਤਾਂ ਉਹ ਆ ਜਾ, ਕੁਛ ਨੀ ਹੈਗਾ ਡਰ ਲਾ, ਕੁਛ ਨੀ ਹੈਗਾ ਉਹਨੇ ਤਾਂ, ਕੁਛ ਵੀ ਨੀ ਹੈਗਾ ਆ ਜਾ, ਕੁਛ ਨੀ ਹੈਗਾ ਓਏ ਅੰਦਰ ਬੈਠ, ਤੈਨੂੰ ਪਾਣੀ ਪੂਣੀ ਪਿਆਉਂਦੇ ਆ, ਅੰਦਰ ਬੈਠ ਯਾਰ, ਘਰ ਆਈ ਮਹਿਮਾਨ ਦੀ ਸੇਵਾ ਕਰਦੇ ਆ ਫੁੱਲ, ਬਹਿ ਜਾ ਬਹਿ ਜਾ, ਡਰਿਆ ਕਿਵੇਂ ਹੋ ਇੱਕੋ ਦਮ, ਹੁਣੇ ਆਇਆ ਸੀਗਾ ਬਾਹਰ ਹੀ ਖੜ ਗਿਆ, ਉਹ ਪਲਾਟਾਂ ਪਲੂਟਾਂ ਵੱਲ ਘੁੰਮਣ ਲੱਗ ਗਿਆ, ਮੈਂ ਕਿਹਾ ਆ ਜਾ ਯਾਰ ਫੋਨ ਲਾ ਕੇ ਬੁਲਾਇਆ ਮੈਂ, ਤੇ ਹੋਰ ਸੁਣਾ ਅਰਸ਼ਾ, ਹਰਸ਼ਾ ਤੇ ਵੀ ਕਰਦੇ ਆ ਠੀਕ ਆ ਆਪਾਂ, ਏਦਾਂ ਹੀ ਰੱਖਦਾ ਸੀ ਕਿਤੇ, ਮੈਂ ਪਹਿਲਾਂ ਦੁਕਾਨ ਤੇ ਗਿਆ, ਕੱਪੜੇ ਕੱਪੜੇ ਦੁਕਾਨ ਤੇ ਗਿਆ, ਉਹਨਾਂ ਦੇ ਕਾਊਂਟਰ ਤੇ ਰੱਖਤਾ, ਉਹ ਡਰ ਗਿਆ ਦੇਖ ਕੇ, ਕਿਧਰੋਂ ਆ ਗਿਆ ਸੱਪ ਸਾਡੇ ਕਾਊਂਟਰ ਤੇ,
ਆ ਜਿਹੜਾ ਸਬਜ਼ੀ ਵਾਲਾ ਮੁੰਡਾ ਵਾ ਇਹਨੂੰ ਵੀ ਬਣਾ ਕੇ ਆਇਆ ਪਾਗਲ। ਅੰਦਰ ਦੇਖਦਾ ਦੇਖਦਾ ਆਇਆ ਵੀ ਕਿਤੇ ਕੁਛ ਕਾਰਵਾਈ ਤਾਂ ਨਹੀਂ ਕੀਤੀ ਹੋਈ ਪਹਿਲਾਂ ਹੀ ਕੋਈ। ਹਾਂ ਠੀਕ ਆ ਹਾਂਜੀ ਕੀ ਹਾਲ ਆ? ਵਧੀਆ ਠੀਕ ਆ ਵਧੀਆ। ਡਰ ਲੱਗਿਆ ਯਾਰ ਪਤਾ ਕੀ ਹੋਇਆ, ਇੱਕ ਤਾਂ ਅਮੀ ਹਰਸ਼ ਆ ਗਿਆ ਉਧਰੋਂ, ਇਹਨੇ ਛੇਤੀ ਥੱਲੇ ਸੁੱਟਤਾ, ਡਰ ਗਿਆ। ਪਰ ਹਰਸ਼ ਨੀ ਡਰਿਆ, ਇਹ ਡਰ ਗਿਆ ਓਏ, ਮੈਨੂੰ ਬੁਲਾਇਆ ਅੰਦਰ, ਮੈਂ ਇੱਥੇ ਲਾਤਾ ਸੋਫੇ ਤੇ, ਇੱਕੋ ਦਮ ਆ ਕੇ ਡਰ ਗਿਆ ਹੋਏ। ਮੈਨੂੰ ਜਿਹਨ ਤੋਂ ਲੱਗਿਆ ਸੀ ਵੀ ਹਰਸ਼ ਡਰੂਗਾ, ਉਹ ਤਾਂ ਡਰਿਆ ਹੀ ਨੀਗਾ, ਜਿਹਨੂੰ ਡਰਾਉਣਾ ਸੀਗਾ, ਬਾਕੀ ਸਾਰੇ ਡਰ ਗਏ। ਜਮਾ ਹੀ ਅਸਲੀ ਯਾਦ ਦੇਖਦਾ ਸੀ, ਬਜਦਾ ਬੋਲੇ ਉਹ ਨੀ ਬਜਦਾ, ਰਬੜਦਾ ਨਾ ਇਹ। ਆਪਣੇ ਪਲਾਟਾਂ ਚ ਵਾਧੂ ਆ ਯਾਰ, ਆਪਾਂ ਆਪ ਹੀ ਹੈ ਨਾ ਵਰਗ ਕਰ ਆਪਣੇ ਫਰਨੀਚਰ ਦਾ ਸਮਾਨ ਕੋਈ ਹੋ ਗਿਆ ਉਵੇਂ ਕਰ ਦਿੰਦੇ ਆ, ਹਨਾ ਉਵੇਂ ਉਹਨਾਂ ਦੇ ਸਾਰਿਆਂ ਦੇ ਆਪਦੇ ਆਪਦੇ ਆ ਵਧੀਆ। ਦੁਕਾਨ ਤੇ ਜਾ ਕੇ ਆਏ ਆ, ਦੁਕਾਨ ਵਾਲੇ ਨੂੰ ਖੁਦ ਬਣਾ ਕੇ ਨੱਕ ਚ ਪਾ ਕੇ ਮੂੰਹ ਥਾਣੀ ਕੱਢ ਦਿੰਦੀ ਆ, ਤੂੰ ਨਾ ਪਾਈ ਜ਼ਹਿਰੀਲਾ ਹੋ ਜਾਣਾ ਇਹ। ਕੰਜ ਲਿੱਥੀ ਹੋਈ ਹੈ ਇਹਦੀ ਬਾਈ, ਕਿਉਂ ਗਰਮੀ ਆ ਗਈ ਨਾ, ਗਰਮੀ ਆ ਗਈ। ਮੈਂ ਉਹ ਜੀ ਕਰਦਾ ਤੂੰ ਪਾਪੜ ਖਵਾਵਾ ਅੱਜ ਯਾਰ, ਉਹੀ ਤਾਂ ਖਾਣੇ ਨਹੀਂ ਐ, ਮਸਾਲਾ ਪਾਪੜ ਖਾਣੇ ਆ। ਤੂੰ ਖਾਣੇ ਆ ਵੀਰੇ ਯਾਰ, ਕਿ ਮਸਾਲਾ ਪਾਪੜ ਨਹੀਂ ਯਾਰ, ਵੇਖ ਲਾ ਮੈਂ ਤੇ ਚਿਪਸ ਲੱਗੀ ਤੇ ਉਸ ਨੂੰ ਨਹੀਂ ਖਾਣੇ ਲੱਗਦਾ। ਪੱਕੜ ਪੱਪੜ ਪੈ ਪੈ ਜੇ ਸੋ ਬਲੂ ਲੇ ਜੇ ਜਿਹੜੇ ਤੇਰੇ ਕੋ ਪੈਂਟ ਜੇ ਪਏ ਨਾ ਉਹ ਚ ਵੀਰੇ ਉਹ ਹੁੰਦੀ ਆ 10 12 ਪੈਂਟ ਲੈ ਕੇ ਇੱਧਰ ਦੇ ਦੇ ਬਾਈ। ਕੀ ਹੈਗਾ ਬਹੁਤ ਜਿੰਦਾ ਹੁੰਦਾ ਵੀਰੇ, ਡੇਂਜਰ ਚੀਜ਼ਾਂ ਹੁੰਦੀਆਂ ਉਹਦੇ ਚ ਬਹੁਤ ਕੁਝ। ਫਿਰ ਵੀ ਕੋਈ ਇੱਕ ਚੀਜ਼ ਐਸਿਡ ਦਾ ਨਾਮ ਕਿਸੇ ਦਾ ਕਿੱਥੇ ਜਾਣਾ ਆਪਾਂ, ਮੈਨੂੰ ਪਤਾ ਹੀ ਨਹੀਂ ਸੱਚੀ ਕਹੋ ਕਿੱਥੇ ਜਾਣਾ। ਚੱਲੀਏ ਫਿਰ ਦੁਕਾਨ ਕਹੇਗਾ ਚੱਲ ਆ ਜਾਂਦੇ ਹੁਣ ਹੀ ਚੱਲਦੇ ਆ, ਚੱਲ ਆ ਜਾ ਚਲੋ ਚਲੋ ਉਠੋ ਚਲ 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 ਗਾੜੀ ਸਟਾਰਟ ਕਰ। ਉਹ ਮੰਮੀ ਤੇ ਪ੍ਰੈਂਕ ਕਰਦੇ ਆ, ਮੰਮੀ
ਉਰੇ ਆਇਓ। ਮੈਂ ਕਿਹਾ ਆਪਾਂ ਆਹ ਮੇਰੇ ਜਿਹੜਾ ਉਹ ਆ ਗਾਣਾ ਵਾ ਉਹਦੇ ਵਿੱਚ ਕੱਪੜੇ ਕਿਹੜੇ ਰੰਗ ਦੇ ਪਾਵਾਂ? ਪੱਕੀ ਗੱਲ, ਕਿਉਂਕਿ ਮਤਲਬ ਫਿਰ ਵੀ ਲਾਲ ਰੰਗ, ਰੈੱਡ, ਨੀਲਾ ਰੰਗ, ਪੀਲਾ ਰੰਗ, ਪੀਲਾ ਰੰਗ ਜਾਂ ਯੈਲੋ, ਨਾਰਮਲ ਕਲਰ ਆਹੀ ਹੁੰਦੇ ਨੇ, ਬਲੈਕ ਹੋ ਗਿਆ, ਹਾਂ, ਵਾਈਟ ਹੋ ਗਿਆ, ਗ੍ਰੇ, ਹਾਂ, ਲਾਈਟ ਲਾਈਟ ਕਲਰ, ਨੀਲਾ ਪੀਲਾ ਲਾਲ ਕੇ ਤੂੰ ਕਿੰਨੇ ਦੱਸਦੇ। ਫਿਰ ਬੰਦਾ ਕਿਹੜੇ ਪਾਵੇ ਯਾਰ, ਪੈਂਟ ਕਿਹੜੇ ਰੰਗ ਦੀ ਪਾਵੇ? ਮੈਂ ਕਹਿੰਦਾ ਵਾ ਇਹਨਾਂ ਨੂੰ ਕਿ ਬਲੂ ਰੰਗ ਪਾ ਲਓ। ਬਲੂ ਰੰਗ ਸਾਰੇ ਬਲੂ, ਇਹਦੂ ਆਪਾਂ ਨਹੀਂ, ਪੱਗ ਵੀ ਬਲੂ, ਆ ਵੀ ਬਲੂ, ਚੈਲੰਜ ਵੀ ਦੇ ਕਰ ਲਾ, ਚੈਲੰਜ ਰੱਖੇ ਆ, ਚੈਲੰਜ ਵੀ ਮੇਰੇ ਕਰ ਲਿਓ, ਕਲਰ ਚੈਲੰਜ ਗਾਣਾ, ਸਹੀ ਗੱਲ ਆ। ਉਹ ਕੀ ਪਿਆ ਵੀ ਮੰਜੇ ਦੇ ਸੱਪ, ਹੁਣ ਧਿਆਨ ਹੀ ਨਹੀਂ ਜਾਂਦਾ ਪਿਆ ਫਿਰ ਉੱਥੇ ਸਪੈਸ਼ਲ ਏਡਾ ਨਕਲੀ ਹੋਇਆ ਵਾ ਨੀ। ਬਾਕੀ ਯਾਰ ਮੁੰਡੇ ਸਗੋਂ ਡਰੀ ਆ, ਤੁਸੀਂ ਡਰੇ ਨੀ, ਕੈਰੀ ਵੀ ਡਰ ਗਿਆ, ਠੀਕ ਆ, ਉਹ ਵੀ ਉਹਨੂੰ ਮੈਂ ਲਿਆਂਦਾ ਬਾਹਰ ਬਾਹਰ ਖੜ ਗਿਆ ਸੀ ਨਾ, ਉਹ ਗਰਾਊਂਡ ਚਲਾ ਗਿਆ ਸਿੱਧਾ ਘਰੇ ਨੀ ਆਇਆ ਅੰਦਰ। ਮੈਂ ਕਿਹਾ ਆ ਜਾ ਅੰਦਰ, ਉਹਨੂੰ ਪਤਾ ਲੱਗ ਗਿਆ ਕੋਈ ਪ੍ਰੈਂਕ ਕਰਨਾ ਇਹਨਾਂ ਨੇ, ਸਪੈਸ਼ਲ ਜਿਹਾ ਕਦੋਂ ਬੁਲਾ ਰਿਹਾ ਮੈਨੂੰ ਇੰਨਾ। ਮੈਂ ਕਿਹਾ ਤੂੰ ਆਇਆ ਗੈਸਟ, ਤੈਨੂੰ ਪਾਣੀ ਪੂਣੀ ਪਿਆਉਂਦੇ ਆ, ਅੰਦਰ ਜਦੋਂ ਗਿਆ ਸੋਫੇ ਤੇ ਦੇਖਿਆ ਡਰ ਗਿਆ ਉਹਦਾ ਇੱਕੋ ਦਮ, ਫਿਰ ਵੀ ਮੈਂ ਪਤਾ ਲੱਗਣਾ ਵੀ ਚੱਲ ਆਹੋ। ਇਹ ਸੱਪ ਕਿੱਥੋਂ ਆਇਆ ਬਾਈ, ਨਕਲੀ ਨਕਲੀ ਸੱਪ ਲੱਗਦਾ ਵਾ, ਮਾਰਦੇ ਕਮ ਨਾ ਮਾਰੀ ਨਾ 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 ਮਾਰੀ ਦਾ ਨਹੀਂ ਹੁੰਦਾ ਸੱਪ ਨੂੰ, ਬਾਬੇ ਦਾ ਹੁੰਦਾ ਇਹ, ਹਾਂ ਇਹ ਤਾਂ ਨਕਲੀ ਆ। ਦੇਖੋ ਬਾਈ ਮਿੱਤਰੋ, ਆਪਾਂ ਪ੍ਰੈਂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਘਰ ਦੇ ਤਾਂ ਚਲੋ ਨਹੀਂ ਡਰੇ, ਨਾ ਹਰਸ਼ ਡਰਿਆ, ਮਤਲਬ ਇੱਥੋਂ ਪਤਾ ਲੱਗਦਾ ਸਾਡੇ ਘਰ ਦੇ ਬਰੇਵ ਨੇ, ਹੈ ਨਾ, ਅਤੇ ਜਿਵੇਂ ਕਿਉਂਕਿ ਦੇਖਦੇ ਜਾਂ ਕੈਰੀ ਨੂੰ ਕੀਤਾ, ਠੀਕ ਆ, ਉਹ ਵੀ ਡਰ ਗਿਆ, ਹਰਸ਼ 'ਤੇ ਕੀਤਾ ਉਹ ਨਹੀਂ ਡਰਿਆ, ਤੁਸੀਂ ਤੁਹਾਨੂੰ 'ਤੇ ਕੀਤਾ ਤੁਸੀਂ ਵੀ ਨਹੀਂ ਡਰੇ, ਬਾਹਰ ਇੱਕ ਮੁੰਡੇ 'ਤੇ ਕੀਤਾ ਸੀਗਾ, ਹੈ ਨਾ, ਸਬਜ਼ੀ ਵਾਲੇ 'ਤੇ, ਉਹ ਵੀ ਡਰ ਗਿਆ, ਅਤੇ ਇੱਕ ਹਾਂ ਉਹ ਕੱਪੜੇ ਵਾਲੇ 'ਤੇ ਕੀਤਾ, ਕੱਪੜੇ ਦੁਕਾਨ 'ਤੇ ਕਰਕੇ ਆਇਆ ਮੁੰਡੇ ਕੋਲ, ਉਹ ਵੀ ਡਰ ਗਿਆ, ਪਰ ਘਰ ਦੇ ਨਹੀਂ ਡਰੇ ਬਾਈ, ਜਿਨ੍ਹਾਂ 'ਤੇ ਮੇਨ ਕਰਨਾ ਸੀਗਾ ਪ੍ਰੈਂਕ, ਲੱਗਦਾ ਤਾਂ ਅਸਲੀ ਹੈ ਨਾ, ਇਧਰਲੀ ਸਾਈਡ ਤੋਂ ਦੇਖੋ ਚਿੱਟਾ ਚਿੱਟਾ ਜਿਹਾ ਹੈ ਨਾ, ਕਿਵੇਂ ਲੱਗਦਾ ਨਾ ਨਾ ਭਰਾਵਾ ਦਾ ਚਿੱਤਰਖਾਨੇ ਦੁਕਾਨਾਂ 'ਤੇ ਜਾਣ ਨੂੰ ਕਰਦਾ ਹੁੰਦਾ, ਹਰੇਕ ਪ੍ਰੈਂਕ ਹੋਊਗਾ ਦੁਕਾਨਾਂ 'ਤੇ ਕਰਨਾ, ਮੈਂ ਕੁੱਟ ਖਾ ਕੇ ਆਵਾਂ ਕਿਵੇਂ ਇਹ ਸੀ ਆਪਣੀ ਅੱਜ ਦੀ ਵੀਡੀਓ। ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਅਗਲੀ ਵੀਡੀਓ ਦੱਸਿਓ ਕਿਹੜੇ ਟੋਪਿਕ 'ਤੇ ਆਵੇ, ਕਿਹੜੇ ਪ੍ਰੈਂਕ ਜਾਂ ਚੈਲੰਜ 'ਤੇ ਆਵੇ, ਅਤੇ ਆਪਾਂ ਉਹ ਤੁਹਾਡੇ ਲੈ ਕੇ ਆਵਾਂਗੇ, ਅਤੇ ਦੱਸਿਓ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਵੇਖਦੇ ਹੋ, ਆਪਾਂ ਮਿਲਦੇ ਅਗਲੀ ਘੈਂਟ ਜੀ ਵੀਡੀਓ ਦੇ ਨਾਲ, ਚੈਨਲ ਸਬਸਕ੍ਰਾਈਬ ਕਰ ਲਿਓ, ਥੈਂਕ ਯੂ ਸੋ ਮਚ।